ਕਿੰਨੀ ਦੇਰ ਤੋਂ ਕੰਮ ਕਰਦੇ ਪਏ ਇੱਥੇ? ਪੱਕੇ ਨੀ ਕਰਦਾ ਕੋਈ। ਓਕੇ ਠੀਕ ਹੈ, ਲੇਕਿਨ ਮੁੰਡਿਆਂ ਦਾ ਕਹਿਣਾ 5-5 ਸਾਲ ਤੋਂ ਕੰਮ ਕਰਦੇ ਪਏ ਆ। ਪਰ ਇਹ ਗੱਲ ਹੈਗੀ ਆ, ਜਿਹੜੇ ਆ ਉਹਦੇ ਮੰਗਤੇ ਭੀਖ ਮੰਗਦੇ ਨੇ, ਜਿਹੜੇ ਭੀਖ ਮੰਗਦੇ ਆ ਉਹਨਾਂ ਨੂੰ ਚਲਾਉਣ ਜ਼ਰੂਰ ਕਿਹਾ ਕਰੋ ਵੀ ਤੁਸੀਂ ਚੋਰੀਆਂ ਕਰਦੇ ਜੇ। ਉਹ ਵੀ ਚੱਲਦਾ ਪਿਆ, ਨਹੀਂ ਚੱਲਦਾ ਪਿਆ ਕੁਛ, ਪੰਜਾਬ ਤੇ ਨਹੀਂ ਚੱਲ ਸਕਦਾ, ਹਿੰਦੁਸਤਾਨ ਦੇ ਵਿੱਚ ਅੰਗਰੇਜ਼ ਆਉਣਗੇ ਇਹਨਾਂ ਮਾਰਨਗੇ ਤੇ ਫਿਰ ਜਾ ਕੇ ਸਹੀ ਹੋਣਗੇ ਹਿੰਦੁਸਤਾਨ। ਕਿਤਨੀ ਉਮਰ ਹੈ ਤੇਰੀ? 15 ਸਾਲ। ਕਿਤਨੀ ਦੇਰ ਹੋ ਗਈ ਕੰਮ ਕਰ ਰਹੇ ਹੋ? 5 ਸਾਲ ਸੇ ਕੰਮ ਕਰ ਰਹੇ ਹੋ। ਤੋ ਕਹਾਂ ਕੇ ਰਹਿਣੇ ਵਾਲੇ ਹੋ? 30 ਸਾਲ। ਹਾਂ, 30 ਸਾਲ। ਫੈਮਿਲੀ ਮੇ ਕੌਣ ਕੌਣ ਹੈ? ਘਰ ਮੇ ਕੌਣ ਕੌਣ ਹੈ ਆਪਕੇ? ਮੰਮੀ ਪਾਪਾ ਕਿਆ ਕਰਤੇ? ਘਰ ਮੇ ਰਹਤੇ ਹੈ, ਕਾਮ ਨਹੀਂ ਕਰਤੇ ਕੋਈ? ਉਹ ਤੇਰੇ ਸੇ ਕਾਮ ਕਰਵਾਤੇ ਹੈ? ਜਬਰਦਸਤੀ ਕਾਮ ਕਰਵਾਤੇ? ਆਪਣੀ ਮਰਜ਼ੀ ਸੇ ਕਰਦੇ ਹੋ? ਤੇ ਮੰਮੀ ਪਾਪਾ ਕੋਈ ਕੰਮ ਨਹੀਂ ਕਰਤੇ? ਹੋਰ ਕੌਣ ਹੈ ਘਰ ਮੇ? ਤੀਨ ਲੋਕ ਹੀ ਹੋ? ਕਿੰਨੀ ਉਮਰ ਹੈ? 15 ਸਾਲ। ਕਿੰਨੀ ਦੇਰ ਹੋ ਗਈ ਕੰਮ ਕਰਦੇ? 5 ਸਾਲ ਇੱਥੇ ਹੀ ਕੰਮ ਕਰਦਾ ਪਿਆ। ਫੈਮਿਲੀ ਚ ਹੋਰ ਕੌਣ ਕੌਣ? ਹਾਂਜੀ ਠੀਕ ਹੈ ਠੀਕ ਹੈ। ਕਿੰਨੀ ਤਨਖਾਹ ਲੈਣੀ? ਦੋ ਬੱਚੇ ਫੜੇ ਸੀ ਛੋਟੇ ਬੱਚਿਆਂ ਦੀ ਅੱਗੇ ਪੜ੍ਹਾਈ ਲਿਖਾਈ ਦਾ ਜਾਂ ਜੋ ਵੀ ਅੱਗੇ ਕੀ ਪ੍ਰਬੰਧ ਹੁੰਦੇ ਆਪਣੇ ਵੱਲੋਂ?
ਬੱਚੇ ਤੇ ਸਰਕਾਰ ਅਸੀਂ ਵੀ ਚਾਹੁੰਦੇ ਹਾਂ, ਸਰਕਾਰ ਵੀ ਕਹਿੰਦੀ ਆ ਵੀ ਬੱਚੇ ਜਿਹੜੇ ਆ ਵੀ ਕੰਮ ਨਾ ਕਰਨ, 18 ਸਾਲ ਤੋਂ ਤੱਕ ਉਮਰ ਦਾ ਕੋਈ ਬੱਚਾ ਜਿਹੜਾ ਕੰਮ ਨਾ ਕਰੇ, ਪੜ੍ਹਾਈ ਕਰੇ, ਜੇ ਅਸੀਂ ਇਹਨਾਂ ਦੇ ਮਾਂ ਪਿਓ ਨੂੰ ਵੀ ਆਖਾਂਗੇ ਵੀ ਇਹਨਾਂ ਨੂੰ ਸਕੂਲ 'ਚ ਪਾਓ, ਠੀਕ ਹੈ ਜੀ, ਜ਼ੋਰ ਲਾਵਾਂਗੇ ਜੀ। ਅਤੇ ਜੇ ਮਾਂ ਬਾਪ ਉਹਨਾਂ ਦੇ ਪੜ੍ਹਾਉਣ ਲਿਖਾਉਣ ਦੇ ਕਾਬਲ ਨਾ ਹੋਣ, ਫਿਰ ਸਰਕਾਰ ਵੱਲੋਂ ਵੀ ਕੋਈ ਉਪਰਾਲਾ ਕੀਤਾ ਜਾਂਦਾ ਇਹਨਾਂ ਬੱਚਿਆਂ ਨੂੰ ਪੜ੍ਹਾਉਣ ਲਿਖਾਉਣ ਵਾਸਤੇ, ਜਾਂ ਫਿਰ ਇੱਦਾਂ ਹੀ ਛੱਡ ਦਿੰਦਾ? ਨਹੀਂ ਨਹੀਂ, ਸਰਕਾਰ ਵੱਲੋਂ ਹੈਗੀਆਂ ਤੇ ਇਹਨਾਂ ਸਹੂਲਤਾਂ, ਠੀਕ ਹੈ, ਸਰਕਾਰ ਵੱਲੋਂ ਸਹੂਲਤਾਂ ਦਿੱਤੀਆਂ ਜਾਂਦੀਆਂ, ਪਰ ਬੱਚੇ ਥੋੜ੍ਹਾ ਜਿਹਾ ਆਪਣਾ ਮਨ ਤਾਂ ਬਣਾਓ ਨਾ ਜੀ, ਇਹਨਾਂ ਦੇ ਮਾਂ ਪਿਓ ਨੂੰ ਅਸੀਂ ਆਖਾਂਗੇ ਮਿਲ ਕੇ ਵੀ ਇਹਨਾਂ ਬੱਚਿਆਂ ਨੂੰ ਪੜ੍ਹਾਇਆ ਜਾਵੇ ਅਤੇ ਇਹਨਾਂ ਦੀ ਜ਼ਿੰਦਗੀ ਬਣਾਈ ਜਾਵੇ। ਅਤੇ ਕੋਈ ਮੁਕੱਦਮਾ, ਕੋਈ ਪਰਚਾ ਵੀ ਦਰਜ ਹੁੰਦਾ ਜੀ ਆਪਣੇ ਮਾਲਕਾਂ ਦੇ ਜਿਹੜੇ ਚਾਈਲਡ ਲੇਬਰ ਐਕਟ ਦਾ? ਨਹੀਂ ਜੀ, ਇਹਨਾਂ ਨੂੰ ਫਾਈਨ ਹੁੰਦਾ ਕੋਰਟ ਵੱਲੋਂ ਕੀਤਾ ਜੀ। ਅੱਛਾ, ਸਿਰਫ ਫਾਈਨ ਕਰਕੇ ਆਪਾਂ ਛੱਡ ਦਿੰਦੇ?